ਉਮੀਦ ਇਹੀ ਹੈ ਕਿ ਜੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਮਾਹੌਲ, ਵਪਾਰੀ ਮਾਹੌਲ ਚਾਹੁੰਦਾ, ਬਸ ਸਾਨੂੰ ਮਾਹੌਲ ਦੇ ਦਿਓ ਜੀ ਕੰਮ ਕਰਨ ਦਾ। ਕੋਈ ਛਾਪੇ ਨਾ ਸਾਡੇ ਤੇ ਪੈਣ, ਕੋਈ ਇੰਸਪੈਕਟਰ ਆ ਕੇ ਤੰਗ ਨਾ ਕਰੇ ਸਾਨੂੰ, ਬਾਰ ਬਾਰ ਦਫ਼ਤਰਾਂ 'ਚ ਬੁਲਾ ਕੇ ਖੱਜਲ ਖੁਆਰੀਆਂ ਨਾ ਹੋਣ, ਇਹੀ ਮੰਗ ਹੈ ਔਰ ਹਰ ਵਰਗ ਦੀ ਇਹੀ ਮੰਗ ਹੈ। ਤਾਂ ਅਸੀਂ ਉਹਦਾ ਹੱਲ ਕੱਢਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਦੁਆਰ ਤੁਹਾਡੇ ਕੋਲ ਆਉਣਗੇ, ਉਹ ਤੁਹਾਨੂੰ ਚੰਡੀਗੜ੍ਹ ਜਾਣਾ, ਹਰ ਵਰਗ ਨੂੰ ਮੈਂ ਚਾਹੁੰਦਾ ਚੰਡੀਗੜ੍ਹ ਜਾਣ ਦਾ ਜਿਹੜਾ ਸਿਆਪਾ ਹੀ ਕਹੂੰਗਾ ਮੈਂ, ਉਹਨੂੰ ਉਹਦਾ ਫਾਹਾ ਵੱਟਿਆ ਜਾਵੇ, ਕਿਉਂਕਿ ਚੰਡੀਗੜ੍ਹ ਜਾਣ ਦਾ ਮਤਲਬ ਹੈ ਘੱਟੋ ਘੱਟ 8-10 ਹਜ਼ਾਰ, ਖਾਣ ਪੀਣ ਤੋਂ ਲੈ ਕੇ ਗੱਡੀਆਂ ਦਾ ਖਰਚੇ ਤੋਂ ਲੈ ਕੇ, ਜੇ ਅੱਗੇ ਮਿਲ ਗਿਆ ਅਫਸਰ ਤਾਂ, ਜੇ ਨਾ ਮਿਲਿਆ ਫਿਰ ਵੱਧ ਗਿਆ ਹੋਰ। ਉਹੀ ਕੰਮ ਪਿੰਡਾਂ ਚੋਂ, ਅੱਜ ਕੱਲ੍ਹ ਕੰਪਿਊਟਰ ਨਾਲ ਸਾਰੀ ਦੁਨੀਆ ਚੱਲਦੀ ਹੈ, ਕਨੇਡਾ ਅਮਰੀਕਾ ਬੈਠੇ ਟਰੱਕਿੰਗ ਦਾ ਬਿਜ਼ਨਸ ਮੋਹਾਲੀ ਕਰ ਰਹੇ ਨੇ, ਮੋਹਾਲੀ ਉਹਨਾਂ ਦੀਆਂ ਡਿਸਪੈਚਿੰਗ ਦੀਆਂ ਉਹਨਾਂ ਦੇ ਉਹਨੇ ਸੈਂਟ ਕਾਲ ਸੈਂਟਰ, ਉਧਰ ਅਮਰੀਕਾ ਕਨੇਡਾ ਦੇ ਵਿੱਚ ਜਿਹੜੀਆਂ 1-800 ਵਾਲੇ ਫ੍ਰੀ ਨੰਬਰ ਨੇ ਜਿਹੜੇ ਟੋਲ ਫ੍ਰੀ ਨੰਬਰ, ਉਹ ਉੱਥੋਂ ਡਾਇਲ ਕਰਦੇ ਨੇ, ਘੰਟੀਆਂ ਗੁੜਗਾਓਂ ਪੂਨੇ ਬੰਗਲੌਰ ਹੈਦਰਾਬਾਦ ਵੱਜਦੀਆਂ ਨੇ। ਅੱਜ ਕੱਲ੍ਹ ਤਾਂ ਦੁਨੀਆ ਐਂ ਚੱਲਣ ਲੱਗ ਗਈ, ਫਿਰ ਅਸੀਂ ਕਾਹਦੇ ਵਾਸਤੇ ਤੁਹਾਨੂੰ ਚੰਡੀਗੜ੍ਹ ਬੁਲਾ ਬੁਲਾ ਕੇ ਖੱਜਲ ਖੁਆਰੀਆਂ ਕਰੀਏ। ਅੱਛਾ, ਜਦੋਂ ਅਸੀਂ ਵੋਟਾਂ ਮੰਗਣ ਆਉਂਦੇ ਉਹ ਤਾਂ ਘਰ ਘਰ ਆਉਂਦੇ ਹਾਂ, ਉਹ ਤਾਂ ਚਾਰ ਘਰ ਜੇ ਖੇਤਾਂ 'ਚ ਵੀ ਨੇ ਨਾ ਉੱਥੇ ਵੀ ਜਾਂਦੇ ਹਾਂ, ਖਿਆਲ ਰੱਖਿਓ ਜੀ। ਅਤੇ ਜਦੋਂ ਜਿੱਤ ਜਾਂਦੇ ਉਦੋਂ ਕਹਿੰਦੇ ਚੰਡੀਗੜ੍ਹ ਆ ਜੀ, ਕੀ ਗੱਲ ਵੀ ਸਰਕਾਰ ਬਣਨ ਤੋਂ ਬਾਅਦ ਨਹੀਂ ਆ ਸਕਦੇ ਉਹਨਾਂ ਘਰਾਂ 'ਚ? ਇਹ ਜਿਹੜਾ ਵਾਅਦਾ ਮੈਂ ਪਹਿਲੇ ਦਿਨ ਹੀ ਕੀਤਾ ਸੀ ਕਿ ਹੁਣ ਸਰਕਾਰ ਜਿਹੜੀ ਹੈ, ਜਦੋਂ 92 ਆ ਗਈ ਹੈ ਨਾ, ਜਿਉਂ ਜਿਉਂ ਸੀਟਾਂ ਵਧੀ ਜਾਂਦੀਆਂ ਸੀ 60 ਤੋਂ, ਤਿਉਂ ਤਿਉਂ ਮੇਰੀਆਂ ਅੱਖਾਂ 'ਚ ਵੀ ਖੁਸ਼ੀ ਦੇ ਅੱਥਰੂ ਵੀ ਵਧੀ ਜਾਂਦੇ ਸੀ ਕਿ ਇੰਨੀ ਜ਼ਿੰਮੇਵਾਰੀ ਦੇ ਰਹੇ ਲੋਕ, ਅਤੇ ਨਾਲ ਨਾਲ ਮੇਰੀ ਜ਼ਿੰਮੇਵਾਰੀ ਵੀ ਵੱਧ ਰਹੀ ਸੀ ਕਿ ਹੁਣ ਇਹ ਉਮੀਦਾਂ 'ਤੇ ਪੂਰੇ ਵੀ ਉਤਰਨਾ ਪੈਣਾ। ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ 'ਚੋਂ, ਕਸਬਿਆਂ 'ਚੋਂ, ਸੱਥਾਂ 'ਚੋਂ, ਸ਼ਹਿਰਾਂ 'ਚੋਂ, ਚੌਂਕਾਂ 'ਚੋਂ ਚੱਲੂਗੀ, ਉਹ ਮੈਂ ਵਾਅਦਾ ਪੂਰਾ ਕਰਕੇ ਤੁਹਾਡੇ ਸਾਹਮਣੇ ਖੜਾ ਹਾਂ।